ਜਦੋਂ ਤੋਂ ਧਰਨਾ ਸ਼ੁਰੂ ਹੋਇਆ 24 ਤਰੀਕ ਤੋਂ ਉਹ ਤੋਂ ਦਿੱਲੀ ਗਏ ਹੋਏ ਸੀ ਇਹ ਉੱਥੋਂ ਇਹ ਵਾਪਸ ਆਏ 8 ਤਰੀਕ ਨੂੰ ਉੱਥੇ ਠੰਡ ਕਰਕੇ ਥੋੜ੍ਹਾ ਜਿਹਾ ਬਜ਼ੁਰਗ ਹੋਣ ਕਰਕੇ ਸਿਹਤ ਖਰਾਬ ਹੋ ਗਈ ਸੀਗੀ ਅਤੇ ਕੁਛ ਦਿਨ ਇੱਥੇ ਬਿਮਾਰ ਰਹੇ ਆ ਉਸ ਤੋਂ ਬਾਅਦ ਇੱਥੇ ਐਕਸਪਾਇਰ ਹੋ ਗਏ काफ़ी सरगर्म सी हर जगह पर जिते भी धरना मुजहरा एक बहुत वड्डी देन सी इहदी जथेबंदी ते असीं तां इही करदे हां वी उत्थे देखो वी इन्ना अंदोलन चल रहा है ते इन्नियां यानी कि मौतां हो रही हैं ते इन्ने जिहड़े किसान आ जिहड़े बजुर्ग आ चाहे नौजवान आ चाहे बच्चे है उहनां दे किन्नियां दे नुकसान हो रहा है। खेती कानूनों नूं वापस करवाउण दे लई किसान दिल्ली बॉर्डरां ते डटे होए ने ते कड़ाके दी ठंड विच वी किसानां दा अंदोलन जारी है। उत्थे हुण इस अंदोलन दे विचों इक होर मंदभागी खबर सामने आई है। पिंड रामयाणा दे रहण वाले बजुर्ग किसान मेजर सिंह दी अंदोलन विच ठंड कारण तबीयत खराब हो गई ते जदों उह अपने पिंड वापस परते तां उहनां दी हालत नहीं सुधरी ते मौत हो गई। इह जी सरदार मेजर सिंह जी खालसा सिद्धूपुर इकाई दे खजानची रामयाणे पिंड दे तां दिल्ली जदों तो धरना शुरू होया 24 तरीक तो उह तो दिल्ली गए हुए सी उत्थों ये वापस आए 8 तरीक नूं उत्थे ठंड करके थोड़ा जिहा बजुर्ग होण करके सेहत खराब हो गई सीगी ते कुछ दिन इत्थे बिमार रहे आ उस तों बाद इत्थे एक्सपायर हो गए। ये काफ़ी लंबे समय तो हो गए जी 5-6 साल मेरा ख्याल है। ये काफ़ी सरगर्म सी हर जगह पर जिते भी धरना मुजहरा एक बहुत वड्डी देन सी इहदी जथेबंदी नूं। की मांग कर रहे हो? मंग भी जो मतलब कोई परिवार की मदद हो सके ते बाकी एक बहुत वड्यां दा योगदान है। मैं समझदा भी एक समुची मतलब किसानी की लड़ाई इन्हें लड़ी है बड़े वधिया ढंग दे नाल बड़ा बड़ा योगदान इन्हां दा तां सरकारां नूं भी जिहड़ा इहदियां मंगां किसानां दियां मनणियां चाहीदियां तां कि होर भी किसे किसान दा नुकसान ना होवे जानी माली। असीं अपना ये 24 तरीक दे गए हुए आ असीं उत्थे इकट्ठे सीगे ये थोड़ा जिहा फिर ढिले होण कारण करके फिर ये इहनूं पिंड नूं वापस आ गए। असीं उत्थों 13 तरीक नूं आए हुए हैं ते उस थोड़ा हौली 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 घटते घटते यानी कि यह जमा अंत कम जा वड़िया इन्हां दा ते इन्हां दी सपैर हो गई इन्हां दी ते असीं तां इही करदे हां वी उत्थे देखो वी इन्ना अंदोलन चल रहा है ते इन्नियां यानी कि मौतां हो रही हैं ते इन्ने जिहड़े किसान आ जिहड़े बजुर्ग आ चाहे नौजवान आ चाहे बच्चे है ਉਹ ਉਹਨਾਂ ਦੇ ਕਿੰਨਿਆਂ ਦੇ ਨੁਕਸਾਨ ਹੋ ਰਿਹਾ ਹੈ ਅਤੇ ਸਰਕਾਰਾਂ ਨੂੰ ਵੀ ਚਾਹੀਦਾ ਵੀ ਜਾਣੀ ਕਿ ਇਹ ਇਹਨਾਂ ਕੰਨੀ ਆਪਣੇ ਜਿਹੜੇ ਕਿਸਾਨ ਹੈ ਕਿਸਾਨ ਵੀਰ ਆ ਚਾਹੇ ਕਿਸੇ ਵੀ ਸਟੇਟ ਦੇ ਨਾਲ ਹੈ ਵੀ ਉਹਨਾਂ ਕਿਸਾਨਾਂ ਦਾ ਧਿਆਨ ਦਿੱਤਾ ਜਾਵੇ ਕਿਉਂਕਿ ਇੱਕ ਆਪਾਂ 5-7 ਘਰਾਣਿਆਂ ਨੂੰ ਛੱਡ ਕੇ ਅਤੇ ਇੱਕ ਆਪਾਂ ਕਰੋੜਾਂ ਕਿਸਾਨਾਂ ਦੀ ਆਪਾਂ ਉਹਨਾਂ ਦੀ ਜਿਹੜੀ ਜਾਇਦਾਦ ਆ ਬਰਬਾਦ ਕਰਨ ਦੇ ਉੱਤੇ ਲੱਗੇ ਹੋਏ ਹਾਂ ਅਤੇ ਕਰੋੜਾਂ ਦੇ ਜਿਹੜੇ ਧੰਦੇ ਆ ਕਿਸੇ ਸ਼ਹਿਰੀ ਆ ਦੁਕਾਨਦਾਰ ਆ ਚਾਹੇ ਕੋਈ ਦੁਕਾਨਦਾਰ ਆ ਜਿਹੜੇ ਸ਼ਹਿਰੀ ਆ ਉਹ ਦੁਕਾਨਾਂ ਨਾਲ ਜੁੜੇ ਹੋਏ ਆ ਜਿਹੜੇ ਜ਼ਮੀਨਦਾਰ ਪੇਂਡੂ ਲੈਵਲ 'ਤੇ ਆ ਗਏ ਖੇਤੀ ਨਾਲ ਜੁੜੇ ਹੋਏ ਆ ਅਤੇ ਇਹ ਦੇਖੋ ਵੀ ਸਾਰਾ ਕੁਛ ਹੁਣ ਦੇਖੋ ਵੀ ਕਿੰਨਾ ਮਹੀਨਾ ਲਗਭਗ ਹੋ ਗਿਆ ਦਿੱਲੀ ਦੇ ਵਿੱਚ ਅੰਦੋਲਨ ਚੱਲਦਿਆਂ ਨੂੰ ਅਤੇ ਇਹ ਸਰਕਾਰਾਂ ਨੂੰ ਵੀ ਚਾਹੀਦਾ ਵੀ ਇਹ ਕਹਿਣੀ ਕਿ ਇਹਨਾਂ ਕਨੀ ਕਿਸਾਨਾਂ ਕੰਨੀ ਚਾਹੇ ਕੋਈ ਦੁਕਾਨਦਾਰ ਆ ਕਿਸਾਨ ਆ ਸ਼ਹਿਰ ਆ ਕੋਈ ਵੀ ਹੈ ਉਹਨਾਂ ਕਨੀ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਇਹ ਜਿਹੜਾ ਹੁਣ ਦੇਖੋ ਵੀ ਇਹ ਜਿਹੜਾ ਅੰਦੋਲਨ ਚੱਲ ਰਿਹਾ ਉਹਦੇ ਵਿੱਚ ਕਿਸਾਨਾਂ ਦਾ ਕਿੱਡਾ ਵੱਡਾ ਕੋਈ ਬਜ਼ੁਰਗ ਆ ਠੰਡ ਦੇ ਵਿੱਚ ਮਰ ਰਹੇ ਆ ਉਹਨਾਂ ਨੂੰ ਕਿੰਨਾ ਬਿਮਾਰੀ ਦਾ ਨਾਲ ਹੋਰ ਵੀ ਨਾਲ ਘਟਨਾ ਵਾਪਰ ਰਹੀਆਂ ਜਿਹੜੀਆਂ ਵੀ ਇਹ ਘਟਨਾ ਨਾ ਵਾਪਰਨ ਹੈ। ਕੀ ਨਾਂ ਤੁਹਾਡਾ? ਸਤਨਾਮ ਸਿੰਘ ਹੈ ਜੀ। ਭਾਅ ਜੀ ਕੀ ਗੱਲ ਬਣੀ ਬਜ਼ੁਰਗਾਂ ਨੂੰ ਔਰ ਕੀ ਨਾਂ ਸੀ ਉਹਨਾਂ ਦਾ? ਦੇਖੋ ਜੀ 24 ਤਰੀਕ ਨੂੰ ਧਰਨੇ ਤੇ ਗਏ ਆ ਜੀ, ਠੀਕ ਹੈ ਜੀ। ਲਗਾਤਾਰ ਉਹ 15-20 25-20 ਦਿਨ ਉੱਥੇ ਰਹੇ ਜੀ, ਠੀਕ ਹੈ। ਕੁਝ ਕੁ ਦਿਨ ਪਹਿਲਾਂ ਇੱਥੇ ਆਏ ਸੀ ਅਤੇ ਉੱਥੇ ਠੰਡ ਜੀ ਮਹਿਸੂਸ ਕੀਤੀ ਬਜ਼ੁਰਗ ਹੋਣ ਦੇ ਨਾਂ 'ਤੇ ਅਤੇ ਇੱਥੇ ਘਰ ਆ ਗਏ ਅਤੇ ਦਵਾਈ ਦਿੱਤੀ ਉਹਨੂੰ 5-4 ਦਿਨ ਲਈ ਦਵਾਈ ਅਤੇ ਅਚਾਨਕ ਹੀ ਗੱਲ ਬਣੀ ਤੜ ਕੇ 8 ਵਜੇ ਦੇ ਨਾਲ ਜੀ, ਕੱਲ੍ਹ ਦੀ ਗੱਲ ਹੈ। ਇਹ ਦਿੱਲੀ ਧਰਨੇ 'ਚ? ਹਾਂ, ਦਿੱਲੀ ਧਰਨੇ 'ਚ ਗਏ ਸੀ। ਕਿਹੜੇ ਜਥੇਬੰਦੀ ਨਾਲ ਸੰਬੰਧਿਤ ਸੀ ਔਰ ਕੀ ਇਹਨਾਂ ਦਾ ਅਹੁਦਾ ਸੀ? ਇਹਨਾਂ ਦਾ ਜੀ ਜੇ ਸਿੱਧੂਪੁਰ ਸੀਗਾ ਜੀ ਅਤੇ ਖਜਾਨਕੀ ਸੀਗੇ ਜੀ। ਤੁਹਾਨੂੰ ਕੀ ਲੱਗਦਾ ਕਿ ਸਰਕਾਰ ਦਾ ਹੁਣ ਰੁਖ ਕਿਸ ਤਰ੍ਹਾਂ ਦਾ ਹੈ ਕਿਉਂਕਿ ਲਗਾਤਾਰ ਕਿਸਾਨ ਸੰਘਰਸ਼ ਕਰ ਰਹੇ ਨੇ ਜਿਹੜੇ ਬਿੱਲ ਵਾਪਸ ਕਰਵਾਉਣ ਨੂੰ ਲੈ ਕੇ? ਦੇਖੋ ਜੀ, ਸਾਡਾ ਤਾਂ ਅੰਦੋਲਨ ਚੱਲੀ ਜਾਂਦਾ ਵੀ ਅਸੀਂ ਤਾਂ ਆਪਦੀ ਜਿੱਤ ਪ੍ਰਾਪਤ ਕਰਕੇ ਉੱਠਾਂਗੇ, ਉਹਨਾਂ ਚਿਰ ਉੱਠਣਾ ਨਹੀਂ ਜੀ। ਸਰਕਾਰ ਦੀਆਂ ਨੀਤੀਆਂ ਤੁਹਾਨੂੰ ਪਤਾ ਹੀ ਹੈ ਜੀ। ਲਗਾਤਾਰ ਜਿਹੜੀ ਉੱਥੇ ਕਿਸਾਨਾਂ ਦੀ ਮੌਤ ਹੋ ਰਹੀ ਹੈ ਉਸ ਨੂੰ ਲੈ ਕੇ ਸਰਕਾਰ ਗੰਭੀਰ ਨਜ਼ਰ ਨਹੀਂ ਆ ਰਹੀ, ਠੀਕ ਹੈ। ਉਸ ਬਾਰੇ ਸਰਕਾਰ ਹੀ ਜ਼ਿੰਮੇਵਾਰ ਹੈ ਜੀ ਇਸ ਚੀਜ਼ ਦੀ।
रंगला टीवी ले फरीदकोट तो गगनदीप सिंह की रिपोर्ट।